ਜਿਹੜਾ ਪਾਣੀ ਰੋਕਣ ਵਾਸਤੇ ਬੰਨ ਮਾਰਿਆ ਹੁੰਦਾ ਉਹਦਾ ਮਤਲਬ ਹੁੰਦਾ ਆਸਰਾ ਧਰਵਾਸ ਟਿਕਾਓ ਲਿਆਉਣ ਵਾਸਤੇ ਆਸਰਾ ਸਤਿਗੁਰੂ ਜੀ ਨੇ ਦਿੱਤਾ ਆਪਣੀ ਟੇਕ ਦਿੱਤੀ ਹੈ ਚਰਨਾ ਕਮਲਾਂ ਦਾ ਆਸਰਾ ਦਿੱਤਾ ਅਤੇ ਤੁਸ ਕੇ ਬਲਰਾਮ ਜੀ ਹੋ ਤੁੱਠ ਕੇ ਆਪਣੇ ਚਰਨਾਂ ਦਾ ਆਸਰਾ ਦਿੱਤਾ ਹੈ ਤੁਸੀਂ ਸਾਰੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਕੇ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਜੀ ਮਹਾਰਾਜ ਜੀ ਦਾ ਆਸਰਾ ਲਿਆ ਤੁਸੀਂ ਮਹਾਰਾਜ ਦੀਆਂ ਖੁਸ਼ੀਆਂ ਦਾ ਸ਼ੁਕਰਾਨਾ ਕਰ ਰਹੇ ਬਹੁਤਾਤ ਦੇ ਵਿੱਚ ਜਿਹੜਾ ਨਵੀਨ ਸਮਾਂ ਜਾ ਰਿਹਾ ਇਹਦੇ ਵਿੱਚ ਸਾਡੇ ਬੱਚੇ ਜਾਂ ਜਿੰਨੇ ਵੀ ਬੱਚੇ ਹੈਗੇ ਆ ਬਹੁਤਾਤ ਦੇ ਵਿੱਚ ਨਵੀਨਤਾ ਨੂੰ ਅਪਣਾ ਰਹੇ ਆ ਬੜੀ ਚੰਗੀ ਗੱਲ ਆ ਅਸੀਂ ਨਵੀਨਤਾ ਦਾ ਵਿਰੋਧ ਨਹੀਂ ਕਰ ਸਕਦੇ ਇਹ ਕੁਦਰਤ ਦਾ ਇੱਕ ਅਸੂਲ ਹੈਗਾ ਨਵੀਨਤਾ ਆਪਣੇ ਆਪ ਬਦਲਾਵ ਆਉਣਾ ਹੀ ਹੈਗਾ ਹੈ ਆਉਣਾ ਹੀ
ਪਰ ਅਫਸੋਸ ਵਾਲੀ ਗੱਲ ਹੈ ਵੀ ਨਵੀਨਤਾ ਦੇ ਨਾਲ ਨਾਲ ਬੱਚਿਆਂ ਦੇ ਕੋਲੋਂ ਜਿਹੜੀ ਦਇਆ ਨਿਮਰਤਾ ਅਦਬ ਹੁੰਦਾ ਮਾਪਿਆਂ ਦਾ, ਵੱਡਿਆਂ ਦਾ ਅਦਬ ਕਰਨਾ, ਪ੍ਰੇਮ ਹੁੰਦਾ, ਸਨੇਹ ਹੁੰਦਾ, ਉਹ ਖਤਮ ਹੁੰਦਾ ਜਾ ਰਿਹਾ ਅਤੇ ਬਹੁਤਾਤ ਦੇ ਵਿੱਚ ਜਿਹੜੀ ਆਉਣ ਵਾਲੀ ਜਨਰੇਸ਼ਨ ਹੈਗੀ ਆਪ ਮੁਖੀ ਹੁੰਦੀ ਜਾ ਰਹੀ। ਜਿਹੜੀ ਨਵੀਨਤਾ ਦੀ ਖੋਜਾਂ ਕੀਤੀਆਂ ਨੇ, ਭਾਵੇਂ ਮੋਬਾਈਲ ਹੈਗੇ ਆ, ਲੈਪਟੋਪ ਆ, ਕੰਪਿਊਟਰ ਹੈਗਾ ਹੈ, ਉਹਨੇ ਬੰਦੇ ਨੂੰ ਸੰਗੋੜ ਵੀ ਦਿੱਤਾ, ਜੇ ਵਿਸ਼ਾਲ ਕੀਤਾ ਹੈ, ਦੁਨੀਆ ਦੇ ਨਾਲ ਸੰਪਰਕ ਬਣਾਏ ਅਤੇ ਬੰਦੇ ਨੂੰ ਸਿਰਫ ਆਪਣੇ ਦੇ ਵਿੱਚ ਹੀ ਬੰਦ ਕਰਕੇ ਰੱਖ ਦਿੱਤਾ, ਉਹਦਾ ਸੰਪਰਕ ਟੁੱਟ ਗਿਆ। ਕੱਲ੍ਹ ਪਰਸੋਂ ਦੀ ਗੱਲ ਹੈ, ਮੈਨੇਜਮੈਂਟ ਵਾਲੇ ਮੈਨੂੰ ਕਹਿੰਦੇ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਨਾ ਜਿਹੜੀ ਸੇਵਾ ਕਰਨ ਦੀ ਭਾਵਨਾ ਨਵੇਂ ਬੱਚਿਆਂ ਦੇ ਵਿੱਚ ਉਹ ਖਤਮ ਹੁੰਦੀ ਜਾ ਰਹੀ। ਉਹ ਕਹਿੰਦੇ ਅਸੀਂ ਬੜਾ ਕਹਿੰਦੇ ਹਾਂ, ਅਨਾਊਂਸਮੈਂਟ ਕਰਦੇ, ਸਾਰਾ ਕੁਝ ਕਹਿੰਦੇ ਹਾਂ, ਪਰ ਜਿਹੜੀ ਨਵੀਂ ਜਨਰੇਸ਼ਨ ਹੈਗੀ ਉਹ ਸੇਵਾ ਨਹੀਂ ਕਰਦੀ ਹੈਗੀ। ਇੱਕ ਗੱਲ ਨੋਟ ਕਰਿਓ, ਜਿਨ੍ਹਾਂ ਦੇ ਮਾਪੇ ਆਪ ਹੱਥੀਂ ਸੇਵਾ ਕਰਦੇ ਉਹਨਾਂ ਦੇ ਬੱਚੇ ਵੀ ਹੱਥੀਂ ਸੇਵਾ ਕਰਨਗੇ, ਜਿਨ੍ਹਾਂ ਦੇ ਮਾਪੇ ਨਹੀਂ ਕਰਦੇ ਉਹਨਾਂ ਦੇ ਬੱਚੇ ਵੀ ਕਦੀ ਸੇਵਾ ਨਹੀਂ ਕਰਨ। ਇਹਦੇ ਵਿੱਚ ਕਸੂਰ ਬੱਚਿਆਂ ਦਾ ਨਹੀਂ ਹੈ, ਇਹਦੇ ਵਿੱਚ ਕਸੂਰ ਸਾਡਾ ਹੈਗਾ। ਮੇਰੇ ਜੀਵਨ ਦਾ ਤਜਰਬਾ ਹੈ, ਮੈਂ ਜਮਾ ਕੇ ਦੇਖਿਆ, ਜਿਹੜੇ ਜਿਹੜੇ ਗੁਰਸਿੱਖ, ਜਿਹੜੇ ਜਿਹੜੇ ਪ੍ਰਾਣੀ ਗੁਰੂ ਦੇ ਘਰ ਸੇਵਾ ਕਰਦੇ ਉਹਨਾਂ ਦੇ ਬੱਚੇ ਵੀ ਉਹਨਾਂ ਨੂੰ ਵੇਖ ਕੇ ਅੱਗੇ ਸੇਵਾ ਕਰਦੇ। ਇਸ ਵਾਸਤੇ ਜੇਕਰ ਅਸੀਂ ਚਾਹੁੰਦੇ ਵੀ ਸਾਡੇ ਬੱਚੇ ਜਿਹੜੇ ਸਾਡੇ ਵਿਰਸੇ ਦੇ ਨਾਲ ਜੁੜਨ, ਸਿਧਾਂਤ ਦੇ ਨਾਲ ਜੁੜਨ, ਸਾਡਾ ਸਤਿਕਾਰ ਕਰਨ, ਸਾਡਾ ਅਦਬ ਕਰਨ, ਸਾਡੇ ਸੱਭਿਆਚਾਰ ਦੇ ਨਾਲ, ਬੋਲੀ ਦੇ ਨਾਲ ਜੁੜੇ ਰਹਿਣ, ਧੁਰੇ ਦੇ ਨਾਲ ਜੁੜੇ ਰਹਿਣ, ਤਾਂ ਆਪ ਜੁੜਨਾ ਪਏਗਾ ਪਹਿਲਾਂ। ਇਹ ਗੱਲ ਦਾ ਖਿਆਲ ਰੱਖਿਓ। ਮਹਾਰਾਜ ਜੀ ਕਿਰਪਾ ਕਰੇ, ਸਾਨੂੰ ਸਾਰਿਆਂ ਨੂੰ ਧੁਰੇ ਨਾਲ ਜੁੜੇ, ਅਸੀਂ ਆਪ ਜੁੜੀਏ, ਕਿਉਂਕਿ ਬੱਚਿਆਂ ਦੇ ਉੱਤੇ ਅਸਰ ਉਹੀ ਪੈਣਾ ਜੋ ਕੁਝ ਅਸੀਂ ਆਪ ਕਰਦੇ। ਸਾਡੇ ਕਰਨ ਦੇ ਵਿੱਚ ਬੱਚਿਆਂ ਦੇ ਉੱਤੇ ਪਾਬੰਦੀ ਜਾਂ ਗੁਲਾਮੀ ਨਹੀਂ ਹੋਣੀ ਚਾਹੀਦੀ। ਸਾਡੇ ਕਰਨ ਦੇ ਵਿੱਚ, ਸੇਵਾ ਕਰਨ ਦੇ ਵਿੱਚ ਇੰਨਾ ਜ਼ਿਆਦਾ ਉਵਾਹ ਹੋਣਾ ਚਾਹੀਦਾ ਹੈ ਕਿ ਬੱਚਿਆਂ ਦੇ ਮਨ ਵਿੱਚ ਆਪ ਚਾਅ ਪੈਦਾ ਹੋ ਜਾਵੇ ਸਾਨੂੰ ਦੇਖ ਕੇ, ਵੀ ਇਹਨਾਂ ਨੂੰ ਇੰਨੀ ਖੁਸ਼ੀ ਹੋ ਰਹੀ ਹੈ ਸੇਵਾ ਦੇ ਨਾਲ, ਪ੍ਰਸੰਨਤਾ ਹੋ ਰਹੀ ਹੈ, ਅਤੇ ਜ਼ਰੂਰ ਇਹਦੇ ਵਿੱਚ ਕੋਈ ਖਾਸ ਗੱਲ, ਵਾਕਈ ਪ੍ਰਸੰਨਤਾ ਵਾਲੀ ਗੱਲ ਹੈਗੀ। ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਕਿਰਪਾ ਕਰਕੇ ਨਿਮਰਤਾ ਦੀ ਦਾਤ ਬਖਸ਼ਣ, ਦਇਆ ਦੀ ਦਾਤ ਬਖਸ਼ਣ, ਤਾਂ ਜੋ ਅਸੀਂ ਭਾਵਨਾ ਕਰਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਉੱਥੇ ਲੰਗਰ ਦੇ ਵਿੱਚ ਬਰਤਨ ਸਾਫ਼ ਕਰਨ ਦੀ, ਜੋੜੇ ਝਾੜਨ ਦੀ, ਝਾੜੂ ਲਾਉਣ ਦੀ ਸੇਵਾ ਕਰ ਸਕੀ। ਬਹੁਤਾਤ ਦੇ ਵਿੱਚ ਕੀ ਹੈਗਾ ਵੀ ਗੁਰੂ ਘਰਾਂ ਦੇ ਵਿੱਚ ਅਸੀਂ ਸਾਰੇ ਆਉਂਦੇ ਹਾਂ, ਅਸੀਂ ਗੁਰੂ ਘਰ ਕਹਿ ਦਿੰਦੇ, ਗੁਰੂ ਘਰ ਨੂੰ ਆਪਣਾ ਘਰ ਵੀ ਨਹੀਂ ਸਮਝਦੇ ਹੈਗੇ। ਬਹੁਤਾਤ ਦੇ ਵਿੱਚ, ਮੈਨੂੰ ਮਾਫ਼ ਕਰਿਓ, ਇਹ ਤੁਹਾਡੇ ਨਾਲ ਨਹੀਂ ਸੰਬੰਧ ਰੱਖਦੀ, ਇਹ ਗੱਲ ਜੋ ਅਸੀਂ ਵਿਚਰਦੇ ਹੈਗੇ ਹਾਂ, ਸਾਰੇ ਜਾਣੇ ਦੇਖਦੇ ਹੈਗੇ, ਗੁਰਦੁਆਰਿਆਂ ਦੇ ਵਾਸ਼ਰੂਮ 'ਚ ਵੜ ਕੇ ਦੇਖੋ, ਉੱਥੇ ਕਈ ਲੋਕ ਇਸ ਤਰ੍ਹਾਂ ਤਰੀਕੇ ਨਾਲ ਇਸਤੇਮਾਲ ਕਰਦੇ ਨੇ, ਉਹ ਜਿਵੇਂ ਨਾ ਵੇਟਿੰਗ ਹਾਲ ਹੁੰਦਾ ਨਾ ਆਪਣੇ ਸਟੇਸ਼ਨ ਦੇ ਉੱਤੇ, ਰੇਲਵੇ ਸਟੇਸ਼ਨ ਦੇ ਉੱਤੇ, ਇਸ ਤਰ੍ਹਾਂ ਗੰਦਗੀ ਪਾ ਕੇ ਅਸੀਂ ਚਲੇ ਜਾਂਦੇ। ਆਪਣੇ ਗੁਰੂ ਦੇ ਘਰ ਨੂੰ ਕਦੀ ਆਪਣਾ ਘਰ ਸਮਝਦੇ ਨੇ? ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਬੜੀਆਂ ਧਿਆਨ ਦੇਣ ਵਾਲੀਆਂ, ਜਦੋਂ ਗੁਰੂ ਦੇ ਘਰ ਆਉਂਦੇ ਤਾਂ ਸਾਨੂੰ ਆਪਣਾ ਘਰ ਸਮਝਣਾ ਚਾਹੀਦਾ। ਕਈ ਦੇਖੇ ਉੱਥੋਂ ਅੰਦਰੋਂ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ, ਅਤੇ ਉਹ ਕੀ ਕਰਦੇ, ਬਾਹਰ ਆ ਕੇ ਕਿਤੇ ਕੰਧ ਦੇ ਉੱਤੇ ਰੱਖ ਜਾਂਦੇ, ਕਿਤੇ ਇਸ ਤਰ੍ਹਾਂ ਰੱਖ ਜਾਂਦੇ। ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਹੜੀਆਂ ਅਸੀਂ, ਉਹ ਬੜੀਆਂ ਵੱਡੀਆਂ ਉਣਤਾਈਆਂ ਨੇ, ਉਹ ਸਾਡੇ ਜੀਵਨ ਨੂੰ ਦਰਸਾਉਂਦੀਆਂ ਵੀ ਅਸੀਂ ਕਿੰਨੇ ਕੁ ਸੁਚੇਤ ਹਾਂ, ਕਿੰਨੇ ਕੁ ਸਿਰਦ ਹੈਗੇ ਹਾਂ, ਅਸੀਂ ਕਿੰਨੇ ਕੁ ਸੱਭਿਅਕ ਹੈਗੇ ਹਾਂ। ਇਹੋ ਜਿਹੀਆਂ ਗੱਲਾਂ ਸਾਨੂੰ ਆਪ ਜਿਹੜੀਆਂ ਨਾ ਗੁਰੂ ਦੇ ਨਾਲ ਜੁੜਨਾ ਪਏਗਾ। ਮੇਰਾ ਕਹਿਣ ਤੋਂ ਭਾਵ ਇਹ ਆ, ਸਾਨੂੰ ਗੁਰੂ ਦੇ ਚਰਨਾਂ ਨਾਲ ਜੁੜਨਾ ਚਾਹੀਦਾ, ਅਦਬ ਦੇ ਨਾਲ, ਭਾਵਨਾ ਦੇ ਨਾਲ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਕਿਸੇ ਨੇ PhD ਕੀਤੀ, ਕੋਈ ਡਾਕਟਰ ਹੈਗਾ, ਇੰਜੀਨੀਅਰ ਹੈਗਾ, ਅਤੇ ਉਹਨੂੰ ਮਤਲਬ ਵੀ ਜੋੜੇ ਝਾੜਨ ਦੀ ਜ਼ਰੂਰਤ ਹੈ ਨਹੀਂ, ਉਹਨੂੰ ਆ ਕੇ ਬਰਤਨ ਸਾਫ਼ ਕਰਨ ਦੀ ਜ਼ਰੂਰਤ ਹੈ ਨਹੀਂ। ਇੱਕ ਹੰਕਾਰ ਹੈਗਾ ਵੀ ਮੇਰੇ ਕੋਲ ਆ ਯੋਗਤਾ ਹੈਗੀ ਅਤੇ ਮੈਨੂੰ ਭਾਂਡੇ ਮਾਂਜਣ ਦੀ ਕੀ ਜ਼ਰੂਰਤ ਹੈ। ਇੱਕ ਸਾਡੇ ਅੰਦਰ ਹੰਕਾਰ ਬੈਠ ਜਾਂਦਾ ਹੈ ਵੀ ਅਸੀਂ ਤਾਂ ਇੰਨੀ ਵਿਦਿਆ ਅਤੇ ਸਾਡੇ ਕੋਲ ਯੋਗਤਾ ਹੈਗੀ ਆ, ਅਸੀਂ ਤਾਂ ਗੁਰਬਾਣੀ ਪੜ੍ਹ ਕੇ ਸਿੱਧਾ ਮੁਕਤ ਹੋ ਜਾਣਾ। ਮਹਾਰਾਜ ਜੀ ਕਹਿੰਦੇ, ਠੀਕ ਆ, ਤੂੰ ਜੇ ਸਿਆਣਾ ਮੈਂ ਪੜ੍ਹਿਆ ਲਿਖਿਆ, ਤੂੰ ਬਾਣੀ ਪੜ੍ਹਦਾ, ਬਾਣੀ ਦੇ ਨਾਲ ਤੈਨੂੰ ਸੇਵਾ ਕਰੇਗਾ। ਸੇਵਾ ਅਤੇ ਸਿਮਰਨ ਦਾ ਸੁਮੇਲ ਹੈਗਾ ਹੈ, ਇਕੱਲੇ ਸਿਮਰਨ ਦੇ ਨਾਲ ਵੀ ਗੱਲ ਨਹੀਂ ਬਣਨੀ, ਇਕੱਲੀ ਸੇਵਾ ਦੇ ਨਾਲ ਗੱਲ ਨਹੀਂ ਬਣਨੀ, ਸੇਵਾ ਵੀ ਕਰਨੀ ਪੈਣੀ, ਗੁਰੂ ਦੀ ਬਾਣੀ ਵੀ ਪੜ੍ਹਨੀ ਪੈਣੀ। ਸੇਵਾ ਅਤੇ ਸਿਮਰਨ ਦੋਨਾਂ ਦਾ ਸੁਮੇਲ ਹੈਗਾ। ਭਾਵੇਂ ਕੋਈ PhD ਹੋਵੇ, ਕੋਈ ਪ੍ਰੈਜੀਡੈਂਟ ਹੋਵੇ, ਮੁੱਖ ਮੰਤਰੀ ਹੋਵੇ, ਉਹਨੂੰ ਆਪਣਾ ਮੁਕਟ ਉਤਾਰ ਕੇ ਗੁਰੂ ਦੇ ਚਰਨਾਂ ਵਿੱਚ ਜਦੋਂ ਆਉਣਾ, ਆਪਣੇ ਰੁਤਬੇ ਉਤਬੇ ਜਿਹੜੇ ਜੋੜਿਆਂ ਘਰ ਦੇ ਨਾਲ ਹੀ ਉੱਥੇ ਲਾ ਦੇਣੇ ਚਾਹੀਦੇ, ਅਤੇ ਅੱਗੇ ਜਾ ਕੇ ਜੇ ਭਾਵਨਾ ਦੇ ਨਾਲ ਜਾਵਾਂਗੇ, ਉਹਦਾ ਫਲ ਸਾਨੂੰ ਮਿਲਣਾ, ਉਹਦਾ ਸਾਡੇ ਬੱਚਿਆਂ 'ਤੇ ਵੀ ਪ੍ਰਤਾਪ ਅਸਰ ਹੋਣਾ ਹੈ। ਮਹਾਰਾਜ ਜੀ ਕਿਰਪਾ ਕਰੇ, ਅਸੀਂ ਸਾਰੇ ਭਾਵਨਾ ਕਰਕੇ ਜੁੜ ਸਕੀਏ।
ਮਰਜ਼ੀ ਕਿਰਪਾ ਕਰਨ, ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਨਾਲ ਜੋੜਨ, ਦੁਨਿਆਵੀ ਵਿਦਿਆ ਬਖਸ਼ਣ, ਅਧਿਆਤਮਿਕ ਦੁਨੀਆ ਵਿਦਿਆ ਬਖਸ਼ਣ, ਸਮਾਜਿਕ ਆਰਥਿਕ ਹਰ ਪੱਖੋਂ ਮਹਾਰਾਜ ਦੀ ਚੜ੍ਹਦੀ ਕਲਾ ਬਖਸ਼ਣ। ਮੇਰੀ ਦਿਲੋਂ ਉਦਾਸ ਹੈ, ਆਓ ਆਨੰਦ ਸਾਹਿਬ ਪੜ੍ਹ ਕੇ ਸਮਾਪਤੀ ਕਰਦੇ ਹਾਂ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮਹਿਲਾ। ਸੱਚਾ ਨਾਮ